ਸਤਿ ਸ਼੍ਰੀ ਅਕਾਲ ਜੀ, ਮੈਂ ਹਰਵਿੰਦਰ ਕੌਰ। ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਅਤੇ ਅੱਜ ਸਾਡੇ ਨਾਲ ਸਾਡੇ ਸਹਿਯੋਗੀ ਪਰਮਵੀਰ ਸਿੰਘ ਜੁੜੇ ਨੇ ਅਤੇ ਅੱਜ ਉਹਨਾਂ ਨਾਲ ਸਿਆਸੀ ਮੁੱਦਿਆਂ ਨੂੰ ਲੈ ਕੇ ਫਿਰ ਤੋਂ ਚਰਚਾ ਕਰਾਂਗੇ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਤੁਹਾਨੂੰ ਪਤਾ ਇਹ ਆ ਕਿ ਵੋਟਾਂ ਆ ਰਹੀਆਂ ਨੇ ਅਤੇ ਵੋਟਾਂ ਤੋਂ ਪਹਿਲਾਂ ਗੱਠਜੋੜ ਨੂੰ ਲੈ ਕੇ ਵੀ ਲਗਾਤਾਰ ਚਰਚਾਵਾਂ ਹੋ ਰਹੀਆਂ ਨੇ ਅਤੇ ਅੱਜ ਇੱਕ ਫਿਰ ਤੋਂ ਕਹਿੰਦੇ ਗੁਪਤ ਮੀਟਿੰਗ ਸੱਦੀ ਗਈ ਹੈ। ਸੁਖਬੀਰ ਬਾਦਲ ਭਾਜਪਾ ਦੇ ਨਾਲ ਅੱਜ ਗੱਠਜੋੜ ਨੂੰ ਲੈ ਕੇ ਗੁਪਤ ਮੀਟਿੰਗ ਕਰ ਰਹੇ ਨੇ। ਇੱਕ ਪਾਸੇ ਦੱਸਿਆ ਜਾ ਰਿਹਾ ਕਿ ਸੁਖਬੀਰ ਬਾਦਲ ਦੀ ਜਿਹੜੀ ਸਿਹਤ ਆ ਵਿਗੜ ਚੁੱਕੀ ਆ। ਕੀ ਲੱਗਦਾ ਹੈ, ਜੇ ਗੁਪਤ ਮੀਟਿੰਗ ਹੋ ਰਹੀ ਆ ਤਾਂ ਅਕਾਲੀ ਦਲ ਭਾਜਪਾ ਦੇ ਨਾਲ ਗੱਠਜੋੜ ਕਰੇਗੀ? ਨਹੀਂ, ਅਕਾਲੀ ਦਲ ਭਾਜਪਾ ਦੇ ਨਾਲ ਗੱਠਜੋੜ ਕਰੇਗੀ ਤਾਂ ਹੀ ਹੋ ਰਿਹਾ ਨਾ, ਕਿਉਂਕਿ ਮੀਟਿੰਗਾਂ ਪਹਿਲਾਂ ਵੀ ਹੋ ਚੁੱਕੀਆਂ ਨੇ, ਕਰਕੇ ਹੀ ਸਰੂਗਾ। ਕਿਉਂਕਿ ਜਦੋਂ ਪਹਿਲਾਂ ਇਹਨਾਂ ਨੇ ਬਸਪਾ ਨਾਲ ਗੱਠਜੋੜ ਕਰਿਆ ਸੀ ਉਦੋਂ ਇਹਨਾਂ ਨੂੰ ਬਹੁਤਾ ਫਾਇਦਾ ਹੋਇਆ ਨਹੀਂ। ਇਹ ਜਦੋਂ ਭਾਜਪਾ ਨਾਲ ਮਿਲ ਕੇ ਖੇਡੇ ਨੇ ਤਾਂ ਇਹ ਰਾਜਨੀਤੀ ਦੇ ਵਿੱਚ ਵਧੀਆ ਸਫਲ ਰਹੇ, ਤਾਂ ਇਹਨਾਂ ਨੂੰ ਭਾਜਪਾ ਦੇ ਨਾਲ ਮਿਲ ਕੇ ਹੀ ਚੱਲਣਾ ਪਊਗਾ। ਕਿਤੇ ਨਾ ਕਿਤੇ ਇਹਨਾਂ ਨੂੰ ਕਰਨੀ ਹੀ ਪਊਗੀ, ਗੱਠਜੋੜ ਕਰਨਾ ਪਊਗਾ, ਆਪਸੀ ਸਹਿਮਤੀ ਕਰਨੀ ਪਊਗੀ। ਤੁਹਾਨੂੰ ਲੱਗਦਾ ਹੈ ਕਿ ਜੇ ਗੱਠਜੋੜ ਹੋ ਜਾਂਦਾ ਕਿਤੇ ਨਾ ਕਿਤੇ ਫਾਇਦਾ ਕਿਸਾਨਾਂ ਨੂੰ ਲੋਕਾਂ ਨੂੰ ਹੁੰਦਾ ਆ? ਗੱਠਜੋੜ ਦਾ ਫਾਇਦਾ ਹਰ ਇੱਕ ਵਰਗ ਨੂੰ ਹੋਊਗਾ, ਕਿਉਂਕਿ ਜਿਹੜੇ ਕਿਸਾਨ ਨੇ ਉਹ ਅਕਾਲੀਆਂ ਨਾਲ ਜੁੜੇ ਹੋਏ ਨੇ ਅਤੇ ਉਹ ਕਿਤੇ ਨਾ ਕਿਤੇ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹ ਕਿਸਾਨਾਂ ਦੀ ਗੱਲ ਕਰਦੇ ਨੇ, ਕੀ ਪਤਾ ਉਹ ਹੱਲ ਕਰਾ ਦੇਣ। ਹੋ ਸਕਦਾ ਵੀ ਹੱਲ ਹੋ ਸਕਦਾ, ਕਿਉਂਕਿ ਜਿਹੜੇ ਹੁਣ ਨਵੇਂ ਭਾਜਪਾ ਦੇ ਵਿੱਚ ਆਪਣੇ ਸੰਸਦ ਗਏ ਨੇ ਰਵਨੀਤ ਬਿੱਟੂ, ਉਹ ਵੀ ਕਹਿ ਰਹੇ ਨੇ ਕਿ ਮੈਂ ਕਿਸਾਨਾਂ ਦੀ ਗੱਲ ਕਰੂੰਗਾ, ਮੈਂ ਮੋਦੀ ਦੇ ਘਰ ਕਿਸਾਨਾਂ ਨੂੰ ਲੈ ਕੇ ਪਹੁੰਚੂੰਗਾ। ਹੋ ਸਕਦਾ ਵੀ ਜੇ ਭਾਜਪਾ ਦੀ ਸਰਕਾਰ ਆਉਂਦੀ ਹੈ ਤਾਂ ਹੱਲ ਹੋ ਸਕਦਾ, ਮਤਲਬ ਉਮੀਦ ਹੈ। ਤੁਸੀਂ ਕਹਿ ਰਹੇ ਹੋ ਕਿ ਰਵਨੀਤ ਬਿੱਟੂ ਬੀਜੇਪੀ 'ਚ ਗਏ ਅਤੇ ਕਿਸਾਨਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਵੀ ਜਿਹੜੀ ਕਿ ਕਾਂਗਰਸ ਪਾਰਟੀ ਨੇ ਸਾਨੂੰ ਉਹ ਚੀਜ਼ ਨਹੀਂ ਮਿਲੀ ਹੈਗੀ ਜਾਂ ਕਿਸਾਨਾਂ ਦਾ ਹੱਲ ਨਹੀਂ ਹੋਇਆ ਹੈਗਾ, ਅਤੇ ਹੁਣ ਉਹ ਕਹਿ ਰਹੇ ਨੇ ਭਾਜਪਾ 'ਚ ਜਾ ਕੇ ਕਿ ਅਮਿਤ ਸ਼ਾਹ ਨਾਲ ਮੇਰੀ ਗੱਲ ਹੋਈ ਅਤੇ ਹੁਣ ਕਹਿ ਰਹੇ ਨੇ ਕਿ ਕਿਸਾਨਾਂ ਦਾ ਹੱਲ ਹੋ ਜੂਗਾ। ਤੁਹਾਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਕਿਸਾਨ ਇੱਕ ਪਾਸੇ ਤਾਂ ਬੀਜੇਪੀ ਦਾ ਵਿਰੋਧ ਕਰ ਰਹੇ ਨੇ ਅਤੇ ਹੁਣ ਦੂਜੇ ਪਾਸੇ ਕਿਸਾਨ ਜੇ ਬੀਜੇਪੀ ਜਿੱਤ ਜਾਂਦੀ ਆ ਤਾਂ ਕੀ ਲੱਗਦਾ ਹੈ ਕਿਸਾਨਾਂ ਦਾ ਹੱਲ ਹੋ ਜੂਗਾ? ਨਹੀਂ, ਬੀਜੇਪੀ ਜਿੱਤੂਗੀ ਇਸ ਵਾਰ ਮੈਨੂੰ ਲੱਗਦਾ ਮੁਸ਼ਕਿਲ ਹੈ, ਕਿਉਂਕਿ ਕਿਸਾਨਾਂ ਦਾ ਵਿਰੋਧ ਬਹੁਤ ਹੈ, ਉਹਨਾਂ 'ਚ ਰੋਸ ਬਹੁਤ ਹੈ, ਅਤੇ ਹੋ ਸਕਦਾ ਵੀ ਅਕਾਲੀ ਅਤੇ ਬੀਜੇਪੀ ਵਾਲੇ ਇਕੱਠੇ ਹੋ ਕੇ 5-7 ਸੀਟਾਂ ਲੈ ਜਾਣ, ਨਹੀਂ ਤਾਂ ਇਹਨਾਂ ਦੀਆਂ ਸੀਟਾਂ ਇੱਕਾ ਦੁੱਕਾ ਹੀ ਆਉਣਗੀਆਂ, ਅਬਲਮਾਂ ਤਾਂ ਆਉਂਦੀਆਂ ਨਹੀਂ। ਜੇ ਆਈਆਂ ਤਾਂ ਇਕੱਠੇ ਹੋ ਕੇ ਹੀ ਆਉਣਗੀਆਂ। ਇਹ ਲਿਖ ਲਓ ਗੱਲ ਵੀ ਜੇ ਇਹ ਇਕੱਠੇ ਹੁੰਦੇ ਨੇ ਤਾਂ ਹੀ ਸੀਟਾਂ ਆਉਣਗੀਆਂ, ਨਹੀਂ ਅਦਰਵਾਈਜ਼ ਕਿਸਾਨ ਅਕਾਲੀਆਂ ਤੋਂ ਵੀ ਗੁੱਸੇ ਨੇ, ਭਾਜਪਾ ਤੋਂ ਵੀ ਗੁੱਸੇ ਨੇ। ਇਹ ਜਿਹੜੀ ਅੱਜ ਗੁਪਤ ਮੀਟਿੰਗ ਨੂੰ ਲੈ ਕੇ ਚਰਚਾ ਹੋ ਰਹੀ ਆ, ਸੁਖਬੀਰ ਬਾਦਲ ਕਹਿੰਦੇ ਕਿ ਵੀ ਜਦੋਂ ਤੱਕ ਸਾਡੇ ਬੰਦੀ ਸਿੰਘਾਂ ਦਾ ਮਸਲਾ ਨਹੀਂ ਹੱਲ ਹੋ ਜਾਂਦਾ, ਕਿਸਾਨਾਂ ਦਾ ਮਸਲਾ ਹੱਲ ਨਹੀਂ ਹੋ ਜਾਂਦਾ, ਅਤੇ ਜੇ ਮੰਨ ਲਓ ਅੱਜ ਗੁਪਤ ਮੀਟਿੰਗ ਆ, ਉਹਦੇ ਵਿੱਚ ਕੀ ਲੱਗਦਾ ਹੈ ਕਿ ਜਿਹੜਾ ਸਿੱਖਾਂ ਨੂੰ ਲੈ ਕੇ ਅਤੇ ਕਿਸਾਨਾਂ ਨੂੰ ਲੈ ਕੇ ਪੂਰੀ ਸਹਿਮਤੀ ਹੋ ਸਕਦੀ ਆ? ਦੇਖੋ, ਮੀਟਿੰਗਾਂ ਕਈ ਹੋ ਲਈਆਂ, 2-3 ਵਾਰ ਇਹਨਾਂ ਦੀ ਮੀਟਿੰਗ ਬੈਠੀ ਹੈ, ਸਹਿਮਤੀ ਹੁੰਦੀ ਹੈ, ਉੱਠ ਖੜਦੇ ਨੇ। ਮਤਲਬ ਅੱਜ ਕਹਿ ਰਹੇ ਨੇ ਵੀ ਇੱਕ ਪਾਸੇ ਤਾਂ ਕਹਿ ਰਹੇ ਨੇ ਸੁਖਬੀਰ ਬਾਦਲ ਬਿਮਾਰ ਨੇ, ਇੱਕ ਪਾਸੇ ਕਹਿ ਰਹੇ ਨੇ ਵੀ ਉਹ ਮੀਟਿੰਗ ਕਰ ਰਹੇ ਨੇ। ਹੁਣ ਅਸਲੀਅਤ ਕੀ ਹੈ, ਇਹ ਹਜੇ ਅੱਗੇ ਸਾਹਮਣੇ ਆਊਗਾ ਵੀ ਅਸਲੀਅਤ ਹੈ ਕੀ, ਬਿਮਾਰ ਨੇ ਜਾਂ ਮੀਟਿੰਗ ਕਰ ਰਹੇ ਨੇ। ਕਿਉਂਕਿ ਅੱਜ ਜਿਹੜੀ ਆਪਣੀ ਪੰਜਾਬ ਜਾਓ ਯਾਤਰਾ ਹੈ, ਉਹਨੂੰ ਮਜੀਠੀਆ ਸਾਹਿਬ ਹੈਂਡਲ ਕਰ ਰਹੇ ਨੇ, ਅਤੇ ਇਹ ਭੇਤ ਹੈ, ਅੱਗੇ ਜਾ ਕੇ ਖੁੱਲੂਗਾ।
ਤੁਸੀਂ ਦੇਖਿਆ ਹੀ ਆ ਕਿ ਵੋਟਾਂ ਆ ਰਹੀਆਂ ਨੇ, ਵੋਟਾਂ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਦਲ ਬਦਲੀਆਂ ਵੀ ਹੋ ਰਹੀਆਂ ਨੇ। ਕੋਈ ਆਪਣੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਨੂੰ ਜੁਆਇਨ ਕਰ ਰਿਹਾ ਅਤੇ ਕੋਈ ਦੂਜੀ ਪਾਰਟੀ ਛੱਡ ਕੇ ਹੋਰ ਪਾਰਟੀ ਨੂੰ ਜੁਆਇਨ ਕਰ ਰਿਹਾ। ਉੱਥੇ ਹੀ ਅੱਜ ਫਿਰ ਤੋਂ ਕਾਂਗਰਸ ਪਾਰਟੀ ਨੂੰ ਝਟਕਾ ਲੱਗਿਆ ਹੈ ਅਤੇ ਜਿਸ ਦੇ ਦੌਰਾਨ ਦੱਸਿਆ ਜਾ ਰਿਹਾ ਕਿ ਵੀ ਜਿਹੜੇ ਚੌਧਰੀ ਨੇ, ਸੰਤੋਖ ਸਿੰਘ ਚੌਧਰੀ ਦੇ ਪੁੱਤਰ ਜਿਹੜੇ, ਉਹਨਾਂ ਨੇ ਕਾਂਗਰਸ ਨੂੰ ਛੱਡਤਾ ਅਤੇ ਉੱਥੇ ਜਲੰਧਰ ਦੇ ਵਿੱਚ ਹੁਣ ਚਰਨਜੀਤ ਚੰਨੀ ਨੂੰ ਲੈ ਕੇ ਕਹਿੰਦੇ ਵੀ ਵੋਟ ਮਿਲ ਸਕਦੀ ਆ। ਨਹੀਂ, ਉਹਨਾਂ ਦਾ ਗੁੱਸਾ ਜਾਇਜ਼ ਆ ਕਿਉਂਕਿ ਉਹ ਪੁਰਾਣਾ ਪਰਿਵਾਰ ਕਾਂਗਰਸ ਨਾਲ ਜੁੜਿਆ ਹੋਇਆ। ਉਹ ਕਹਿ ਰਹੇ ਨੇ ਕਿ ਜੇ ਇੱਥੋਂ ਚੰਨੀ ਲੜਨਗੇ ਤਾਂ ਅਸੀਂ ਤੁਹਾਨੂੰ ਛੱਡ ਦਾਂਗੇ, ਕਾਂਗਰਸ ਨੂੰ ਅਸੀਂ ਛੱਡਾਂਗੇ, ਗੁੱਸੇ ਛੱਡਾਂਗੇ, ਵੈਸੇ ਨਹੀਂ ਛੱਡਦੇ। ਤਾਂ ਕਿਤੇ ਨਾ ਕਿਤੇ ਕਾਂਗਰਸ ਨੂੰ ਸੋਚਣਾ ਪਊਗਾ, ਹਾਈਕਮਾਂਡ ਨੂੰ, ਵੀ ਚੰਨੀ ਸਾਹਿਬ ਨੂੰ ਕਿੱਥੇ ਐਡਜਸਟ ਕਰਨਾ, ਕਿਉਂਕਿ ਉਹ ਉਹਨਾਂ ਦੀ ਸੀਟ ਆ। ਉਹ ਪਹਿਲਾਂ ਉਹਨਾਂ ਦੇ ਬਜ਼ੁਰਗ ਸੀਗੇ, ਉਹਨਾਂ ਦੀ ਮੌਤ ਹੋ ਗਈ, ਹੁਣ ਅੱਗੇ ਉਹਨਾਂ ਦਾ ਪੁੱਤਰ ਅੱਗੇ ਆਉਣਾ ਚਾਹੁੰਦਾ, ਤਾਂ ਉਹਨੂੰ ਦੇਣਾ ਚਾਹੀਦਾ ਮੌਕਾ। ਸਾਰਿਆਂ ਨੂੰ ਆਜ਼ਾਦ ਹੁੰਦੇ ਨੇ ਕਿ ਜਿਹੜਾ ਮਰਜ਼ੀ ਆਪਣੀ ਪਾਰਟੀ, ਕਿਉਂਕਿ ਜੇ ਉਹ ਆਜ਼ਾਦ ਖੜਨਗੇ ਤਾਂ ਵੀ ਉਹਨਾਂ ਦਾ ਹੋਲਡ ਹੈਗਾ ਉੱਥੇ, ਉਹ ਜਿੱਤ ਸਕਦੇ ਨੇ, ਜਾਂ ਉਹ ਕਾਂਗਰਸ ਦੀ ਜਿਹੜੀ ਸੀਟ ਹੈ ਉਹਨੂੰ ਖਰਾਬ ਕਰ ਸਕਦੇ ਨੇ, ਉਹਦੀਆਂ ਵੋਟਾਂ ਖਰਾਬ ਕਰ ਸਕਦੇ ਨੇ, ਤਾਂ ਕਾਂਗਰਸ ਨੂੰ ਸੋਚਣਾ ਪਊਗਾ। ਬਹੁਤ ਸਾਰੇ ਕੈਂਡੀਡੇਟ ਦੀ ਹਜੇ ਲਿਸਟ ਆਉਣੀ ਵੀ ਬਾਕੀ ਆ। ਅੱਜ ਕਾਂਗਰਸ ਪਾਰਟੀ ਵੀ ਮੀਟਿੰਗ ਕਰ ਰਹੀ ਆ ਅਤੇ ਕਹਿੰਦੇ ਕਿ ਵੀ ਅਸੀਂ ਆਪਣੇ ਜਿਹੜੇ ਉਮੀਦਵਾਰ ਆ ਉਹ ਜਲਦੀ ਐਲਾਨ ਦੇਵਾਂਗੇ। ਕੀ ਲੱਗਦਾ ਹੈ ਕਿਸ ਦੀ 13-0 ਤੇ ਜਿੱਤ ਹੋਵੇਗੀ, ਜਾਂ 13-0 ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਦਾਅਵਾ ਕੀਤਾ ਜਾ ਰਿਹਾ, ਉੱਥੇ ਹੀ ਕਾਂਗਰਸ ਪਾਰਟੀ ਦੇ ਵੱਲੋਂ ਵੀ ਦਾਅਵਾ ਕੀਤਾ ਜਾ ਰਿਹਾ। ਲੋਕਾਂ ਦੀ ਰਾਏ ਅਸਲ 'ਚ ਇਹ ਆ ਕਿ ਲੋਕ ਕਿਸ ਪਾਰਟੀ ਨੂੰ ਜ਼ਿਆਦਾਤਰ ਪਸੰਦ ਕਰਨਾ ਚਾਹੁੰਦੇ? ਨਹੀਂ, ਇਸ ਵਾਰ ਨਾ ਅਸੀਂ ਸਰਵੇ ਕਰਨ ਗਏ ਸੀ ਹਰਵਿੰਦਰ ਜੀ, ਅਸੀਂ ਹਰ ਰੋਜ਼ ਦੀ ਤਰ੍ਹਾਂ ਸਰਵੇ 'ਤੇ ਨਿਕਲ ਜਾਂਦੇ ਹਾਂ ਅਤੇ ਲੋਕ ਇਸ ਵਾਰ ਦੱਸ ਨਹੀਂ ਰਹੇ, ਲੋਕ ਉਲਝੇ ਹੋਏ ਨੇ। ਲੋਕ ਕਹਿ ਰਹੇ ਨੇ ਯਾਰ ਅਸੀਂ ਵਿਸ਼ਵਾਸ ਕਿਹਤੇ ਕਰੀਏ, ਕਹਿੰਦੇ ਹੁਣ ਕਹਿੰਦੇ ਵੀ ਅਸੀਂ ਪਿਛਲੀ ਵਾਰ ਮਤਲਬ ਕਾਂਗਰਸ ਦੇ ਵਿੱਚ ਸੀਗੇ, ਉੱਥੇ ਸਾਨੂੰ ਦੇਖਣ ਨੂੰ ਮਿਲਿਆ ਫਤਿਹਗੜ੍ਹ ਸਾਹਿਬ ਹਲਕੇ ਦੇ ਵਿੱਚ, ਉਹ ਕਹਿੰਦੇ ਅਸੀਂ ਕਾਂਗਰਸ 'ਚ ਸੀਗੇ, ਅਸੀਂ ਪਿਛਲੀ ਵਾਰ ਕੈਮਰੇ ਦੇ ਉੱਤੇ ਜਾਂ ਆਮ ਵੀ ਝਾੜੂ ਵਰਕਰਾਂ ਦਾ ਜਾਂ ਝਾੜੂ ਦਾ ਤੀਲਾ ਤੀਲਾ ਕਰਕੇ ਦਿਖਾਇਆ, ਅਤੇ ਹੁਣ ਸਾਡਾ ਜਿਹੜਾ ਕੈਂਡੀਡੇਟ ਹੈ ਉਹ ਝਾੜੂ 'ਚ ਲੈ ਗਿਆ, ਅਤੇ ਹੁਣ ਅਸੀਂ ਕਿਹੜੇ ਮੂੰਹ ਨਾਲ ਉੱਥੇ ਵਿਚਰਾਂਗੇ ਜਾਂ ਅਸੀਂ ਉਹਦੀ ਸਪੋਰਟ ਕਿਹੜੇ ਮੂੰਹ ਨਾਲ ਕਰਾਂਗੇ? ਕਿਤੇ ਨਾ ਕਿਤੇ ਵਰਕਰ ਉਲਝਿਆ ਹੋਇਆ, ਅਤੇ ਉਹ ਨਾ ਚਾਹੁੰਦੇ ਹੋਏ ਵੀ ਨਾ ਉੱਧਰ ਦਾ, ਅਸੀਂ ਪੁੱਛਿਆ ਵੀ ਤੁਸੀਂ ਵੋਟ ਕਿਹਨੂੰ ਪਾ ਰਹੇ ਹੋ? ਦੇਖਾਂਗੇ ਜੀ, ਟਾਈਮ ਦੇਖੂਗਾ, ਸੋਚਾਂਗੇ। ਕਿਤੇ ਨਾ ਕਿਤੇ ਕਹਾਣੀ ਉਲਝੀ ਹੋਈ ਹੈ, ਕਿਉਂਕਿ ਜਿਹੜੇ ਸਿਆਸਤਦਾਨ ਨੇ ਆਪਣੇ ਫਾਇਦੇ ਲਈ ਇੱਧਰਲੀ ਪਾਰਟੀ 'ਚੋਂ ਉੱਧਰ ਚਲੇ ਜਾਂਦੇ ਨੇ, ਪਰ ਜਿਹੜੇ ਵਰਕਰ ਨੇ ਉਹਨਾਂ ਦਾ ਨਹੀਂ ਸੋਚਦੇ ਵੀ ਜਿਹੜੇ ਸਾਡੇ ਪਿੱਛੇ ਵਰਕਰ ਲੱਗੇ ਨੇ ਜਾਂ ਸਾਡੇ ਪਿੱਛੇ ਲੱਗ ਕੇ ਉਹਨਾਂ ਨੇ ਪਾਰਟੀ ਲਈ ਕੰਮ ਕੀਤਾ ਜਾਂ ਕੋਈ ਗਤੀਵਿਧੀਆਂ ਕੀਤੀਆਂ ਨੇ ਜਿਹੜੀਆਂ ਕਿ ਕੈਮਰੇ 'ਚ ਅੱਗੇ ਅੱਗੇ ਆਉਣ ਰਿਕਾਰਡ ਨੇ, ਉਹ ਬਾਅਦ 'ਚ ਸ਼ੋ ਹੁੰਦੀਆਂ ਨੇ ਰੀਲਾਂ ਬਣ ਬਣ ਕੇ, ਉੱਥੇ ਫਿਰ ਬਦਨਾਮੀ ਹੁੰਦੀ ਹੈ ਵੀ ਤੂੰ ਤਾਂ ਪਾਰਟੀ ਦੇ ਕਿੰਨਾ ਕੁਛ ਕਰਿਆ, ਹੁਣ ਤੂੰ ਝਾੜੂ ਦੇ ਵਿੱਚ ਆ ਗਿਆ, ਪਹਿਲਾਂ ਤੂੰ ਝਾੜੂ ਖੰਡਾਇਆ, ਐਵੇਂ ਮਤਲਬ ਵਰਕਰਾਂ ਨੂੰ ਮੁਸ਼ਕਲ ਆਉਂਦੀ ਹੈ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਅਤੇ ਹੁਣ ਸਾਨੂੰ ਦੋ ਇਜਾਜ਼ਤ, ਧੰਨਵਾਦ।